ਪੰਜਾਬ ਦੇ ਸਰਕਾਰੀ ਹਸਪਤਾਲਾਂ ਵਿੱਚ ਮਰੀਜ਼ ਨੂੰ ਇਲਾਜ ਕਰਵਾਉਣ ਲਈ ਕਾਫੀ ਖੱਜਲ ਖੁਆਰ ਹੋਣਾ ਪੈਂਦਾ ਹੈ। ਕਈ ਮਰੀਜ਼ਾਂ ਨੂੰ ਇਸ ਖੱਜਲ ਖੁਆਰੀ ਵਿੱਚ ਖਾਣ ਲਈ ਰੋਟੀ ਵੀ ਨਸੀਬ ਨਹੀਂ ਹੁੰਦੀ, ਜਿਸ ਦੇ ਤਹਿਤ ਕਈ ਸਮਾਜ ਸੇਵੀ ਸੰਸਥਾਵਾਂ ਵੱਲੋਂ ਹਸਪਤਾਲਾਂ ਵਿੱਚ ਮਰੀਜ਼ਾਂ ਲਈ ਲੰਗਰ ਵਰਤਾਇਆ ਜਾਂਦਾ ਹੈ। ਇਸ ਦੇ ਤਹਿਤ ਅੱਜ ਨਾਭਾ ਦੀ ਸ਼ਹੀਦ ਬਾਬਾ ਦੀਪ ਸਿੰਘ ਵੈਲਫੇਅਰ ਸੁਸਾਇਟੀ ਵੱਲੋਂ ਪਿਛਲੇ 10 ਸਾਲਾਂ ਤੋਂ ਮਰੀਜ਼ਾਂ ਲਈ ਹਸਪਤਾਲਾਂ ਵਿੱਚ ਲੰਗਰ ਭੇਜਿਆ ਜਾ ਰਿਹਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੂਹ ਹਲਕੇ ਦੀਆਂ ਸੰਗਤਾਂ ਦੇ ਵੱਡੇ ਸਹਿਯੋਗ ਨਾਲ ਸ਼ਹੀਦ ਬਾਬਾ ਦੀਪ ਸਿੰਘ ਵੈਲਫੇਅਰ ਸੇਵਾ ਸੁਸਾਇਟੀ ਨਾਭਾ ਵੱਲੋਂ ਪਿਛਲੇ ਲੰਬੇ ਸਮੇਂ ਤੋਂ PGI ਹੋਸਪਿਟਲ ਚੰਡੀਗੜ੍ਹ, ਰਜਿੰਦਰਾ ਹੋਸਪਿਟਲ ਪਟਿਆਲਾ ਅਤੇ ਸਰਕਾਰੀ ਹਸਪਤਾਲ ਨਾਭਾ ਵਿੱਚ ਲੰਗਰ ਭੇਜਿਆ ਜਾ ਰਿਹਾ। ਜੋ ਮਰੀਜ਼ ਦੁਖਿਆਰੇ ਮਰੀਜ਼ ਹੋਸਪਿਟਲ ਵਿੱਚ ਆਉਂਦੇ ਨੇ ਜਾਂ ਉਹਨਾਂ ਦੇ ਵਾਰਸਾਂ ਲਈ ਇਹ ਸੇਵਾ ਨਿਭਾਈ ਜਾ ਰਹੀ ਹੈ। ਮੈਂ ਸਮੂਹ ਹਲਕੇ ਦੀਆਂ ਸੰਗਤਾਂ ਨੂੰ ਦੋਵੇਂ ਹੱਥ ਜੋੜ ਨਿਮਰਤਾ ਸਾਹਿਬ ਬੇਨਤੀ ਕਰੂੰਗਾ ਕਿ ਜੋ ਇਹ ਸੁਸਾਇਟੀ ਕਾਰਜ ਕਰ ਰਹੀ ਹੈ, ਮਹਾਰਾਜ ਦੀ ਕਿਰਪਾ ਸਦਕਾ ਉਹਦੇ 'ਚ ਵੱਡਾ ਸਹਿਯੋਗ ਦਿੱਤਾ ਜਾਵੇ, ਕਿਉਂਕਿ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਉਪਦੇਸ਼ ਅਨੁਸਾਰ ਗਰੀਬ ਦਾ ਮੂੰਹ ਗੁਰੂ ਦੀ ਗੋਲਕ 'ਤੇ ਪਹਿਰਾ ਦਿੰਦੇ ਹਨ। ਸੰਗਤ ਸਾਡਾ ਵੱਧ ਤੋਂ ਵੱਧ ਸਹਿਯੋਗ ਦੇਵੇ। ਇਹ ਲੰਗਰ ਪ੍ਰਥਾ ਚਲਾਈ ਗਈ ਹੈ, ਗੁਰੂ ਮਹਾਰਾਜ ਦੀ ਪ੍ਰਥਾ ਚਲਾਈ, ਉਹ ਅੱਗੇ ਤੋਰਦੇ ਹੋਏ ਆ ਵੱਖ ਵੱਖ ਸਰਕਾਰੀ ਹਸਪਤਾਲਾਂ ਵਿੱਚ ਹਰ ਮਹੀਨੇ ਜਾਂ ਕਿਸੇ ਸਮੇਂ ਵੀ ਇਹ ਲੰਗਰ ਲੈ ਕੇ ਜਾ ਰਹੇ ਹੈ। ਬਹੁਤ ਹੀ ਅੱਛਾ ਸਲਾਹਾ ਯੋਗਾ ਕੰਮ ਹੈ, ਕਿਉਂਕਿ ਦੇਖਿਆ ਗਿਆ ਹੈ ਕਿ ਆਮ ਸਰਕਾਰੀ ਹਸਪਤਾਲਾਂ 'ਚ ਜਿਹੜਾ ਸਾਡੇ ਗਰੀਬ ਲੋਕ ਨੇ, ਸਮਾਜ ਅਟੈਂਡੈਂਟ ਹੈਗੇ ਨੇ, ਉਹਨਾਂ ਨੂੰ ਬੇਚਾਰੇ ਬੜੀ ਦਿੱਕਤ ਪੇਸ਼ ਆਉਂਦੀ ਹੈ। ਇਹ ਸੇਵਾ ਸੁਸਾਇਟੀ ਬਹੁਤ ਹੀ ਉੱਤਮ ਧੀਮੇ ਕੰਮ ਕਰ ਰਹੀ ਹੈ, ਜਿਹਦੇ ਨਾਲ ਸਾਡੇ ਆਮ ਗਰੀਬ ਲੋਕਾਂ ਦਾ ਬਹੁਤ ਭਲਾ। ਜੇਕਰ ਹਰ ਲੋੜਵੰਦ ਮਰੀਜ਼ਾਂ ਲਈ ਹਰ ਸੰਸਥਾ ਵੱਲੋਂ ਇਸ ਤਰ੍ਹਾਂ ਦਾ ਉਪਰਾਲਾ ਕੀਤਾ ਜਾਵੇ ਤਾਂ ਸਰਕਾਰੀ ਹਸਪਤਾਲਾਂ ਦੇ ਮਰੀਜ਼ਾਂ ਨੂੰ ਕੁਝ ਸਹਾਰਾ ਤਾਂ ਜ਼ਰੂਰ ਮਿਲੇਗਾ। ਨਾਭਾ ਤੋਂ ਸੁਖਚੈਨ ਸਿੰਘ, ਲੁਬਾਣਾ ਦੀ ਰਿਪੋਰਟ, ਪੈਰੇਦਾ TV।